ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਬ੍ਰੇਕ ਦੇ ਪਹਿਲੇ ਹਿੱਸੇ 'ਚ ਗੱਲ ਕਰ ਰਹੇ ਸੀ ਓਮਨੀਕ੍ਰੋਨ ਅਤੇ ਸੰਸਦ ਦੇ ਵਿੱਚ ਤਿੰਨ ਖੇਤੀ ਕਾਨੂੰਨ ਜਿਹੜਾ ਰਿਪੀਲ ਹੋਏ ਨੇ ਅਤੇ ਹੁਣ ਇਸ ਹਿੱਸੇ 'ਚ ਗੱਲ ਕਰਾਂਗੇ ਪੰਜਾਬ ਦੀ। ਪੰਜਾਬ ਦੇ ਵਿੱਚ ਲਗਾਤਾਰ ਸਿਆਸਤ ਜਿਹੜੀ ਆ ਉਹ ਗਰਮਾ ਰਹੀ ਆ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪਣੇ ਤੌਰ ਉੱਤੇ ਲੋਕਾਂ ਤੱਕ ਪਹੁੰਚ ਰਹੇ ਨੇ ਅਤੇ ਲੋਕਾਂ ਤੱਕ ਆਪਣੀ ਪਾਰਟੀ ਦੀ ਨੀਤੀਆਂ ਨੂੰ ਲੈ ਕੇ ਜਾ ਰਹੇ ਨੇ। ਇਸ ਦਰਮਿਆਨ ਖਬਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜੁੜੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਲਗਾਤਾਰ ਹਰ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਗਲਾ ਸਟੈਪ ਕੀ ਹੋਏਗਾ। ਕੈਪਟਨ ਅਮਰਿੰਦਰ ਸਿੰਘ ਬਾਰੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ਦੇ ਵਿੱਚ ਮਨੋਹਰ ਲਾਲ ਖੱਟੜ ਦੇ ਨਾਲ ਮਿਲੇ ਨੇ। ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਹ ਜਿਹੜੀ ਗੱਲਬਾਤ ਸੀ ਇੱਕ ਸ਼ਿਸ਼ਟਾਚਾਰ ਬੈਠਕ ਸੀ, ਕੋਈ ਵੀ ਪੋਲੀਟੀਕਲੀ ਗੱਲ ਜਿਹੜੀ ਹੈ ਮਨੋਹਰ ਲਾਲ ਖੱਟੜ ਦੇ ਨਾਲ ਨਹੀਂ ਹੋਈ ਹੈ। ਉਹਨਾਂ ਨੂੰ ਮੀਡੀਆ ਨੇ ਸਵਾਲ ਕੀਤਾ ਕਿ ਤੁਸੀਂ ਹੁਣ ਭਾਜਪਾ ਦੇ ਨਾਲ ਗੱਠਜੋੜ ਦੀ ਗੱਲ ਕਰੋਗੇ, ਕਿਆ ਉਹਨਾਂ ਦੇ ਮੰਤਰੀਆਂ ਨੂੰ, ਉਹਨਾਂ ਦੇ ਲੀਡਰਾਂ ਨੂੰ ਮਿਲੋਗੇ? ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਉਹ ਜਦੋਂ ਵੀ ਦਿੱਲੀ ਜਾਂਦੇ ਨੇ ਤਾਂ ਉਹ ਭਾਜਪਾ ਦੇ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਜਿਹੜਾ ਹੈਗਾ ਉਹ ਲਿਆ ਜਾ ਸਕਦਾ ਹੈਗਾ ਗੱਠਜੋੜ ਨੂੰ ਲੈ ਕੇ। ਉੱਥੇ ਹੀ ਉਹਨਾਂ ਨੇ ਇੱਕ ਗੱਲ ਹੋਰ ਵੀ ਸਾਫ਼ ਕੀਤੀ ਹੈਗੀ ਹੈ ਕਿ ਫਿਲਹਾਲ ਮਨੋਹਰ ਲਾਲ ਖੱਟੜ ਦੇ ਨਾਲ ਕਿਸੇ ਵੀ ਗੱਠਜੋੜ ਨੂੰ ਲੈ ਕੇ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਸੀ। ਇਹਨਾਂ ਨੇ ਆਪਸ 'ਚ ਜਿਹੜੀ ਆ ਚਾਹ ਦਾ ਕੱਪ ਜਿਹੜਾ ਹੈਗਾ ਉਹ ਜ਼ਰੂਰ ਸਾਂਝਾ ਕੀਤਾ, ਪਰ ਆਪਾਂ ਨੂੰ ਵੀ ਪਤਾ ਹੁੰਦਾ ਕਿ ਜਦੋਂ ਦੋ ਲੀਡਰ ਮਿਲਦੇ ਨੇ ਤਾਂ ਉਸ ਪਿੱਛੇ ਰਾਜਨੀਤੀ ਜ਼ਰੂਰ ਰਹਿੰਦੀ ਹੈ। ਵਿਨੇ ਜੀ, ਚੰਡੀਗੜ੍ਹ ਦੀ ਖਬਰ ਹੈ ਅਤੇ ਚੰਡੀਗੜ੍ਹ 'ਚ ਤੁਸੀਂ ਲਗਾਤਾਰ ਕਵਰੇਜ ਕਰ ਰਹੇ ਹੋ ਅਤੇ ਜੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਅਗਲੀ ਪਾਰੀ ਨੂੰ ਲੈ ਕੇ, ਕਿਉਂਕਿ ਹਰ ਇੱਕ ਦੀ ਨਜ਼ਰ ਜਿਹੜੀ ਆ ਉਹ ਕੈਪਟਨ ਅਮਰਿੰਦਰ 'ਤੇ ਬਣੀ ਹੋਈ ਆ, ਕਿਵੇਂ ਵੇਖਦੇ ਹੋ ਕੈਪਟਨ ਅਮਰਿੰਦਰ ਦੀ ਇਸ ਸ਼ਿਸ਼ਟਾਚਾਰ ਬੈਠਕ ਜਾਂ ਮਿਲਣੀ ਨੂੰ ਲੈ ਕੇ? ਜੀ ਬਿਲਕੁਲ, ਕਿਉਂਕਿ ਬਾਰ ਬਾਰ ਇਹੀ ਪੰਜਾਬ ਕੈਪਟਨ ਦੀ ਜਿਹੜੀ ਆਪਣੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ, ਬਾਰ ਬਾਰ ਇਹੀ ਗੱਲ ਉੱਠਦੀ ਪਈ ਹੈ ਕਿ ਅਗਲਾ ਜਿਹੜਾ ਉਹਨਾਂ ਦੀ ਕੀ ਨੀਤੀ ਹੈਗੀ ਆ। ਲੱਗਦਾ ਇਹੀ ਹੈ ਕਿ ਕੈਪਟਨ ਕੋਸ਼ਿਸ਼ ਕਰਦੇ ਪਏ ਆ, ਹਾਲਾਂਕਿ ਇਹ ਨਹੀਂ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਕੋਈ ਇਸ ਟਾਈਮ ਕੋਸ਼ਿਸ਼ ਕਰ ਰਹੀ ਹੈ ਕੈਪਟਨ ਦੇ ਨਾਲ ਅਲਾਇੰਸ ਫਾਰਮ ਕਰਨ ਦਾ, ਪਰ ਕੈਪਟਨ ਦੇ ਖੇਮੇ ਦੇ ਅੰਦਰ ਇਹ ਬੇਚੈਨੀ ਜ਼ਰੂਰ ਹੈਗੀ ਹੈ ਕਿ ਪੰਜਾਬ ਲੋਕ ਕਾਂਗਰਸ ਜਿਹੜੀ ਹੈ ਉਹ ਅਗਲੇ ਚੋਣਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਆਪਣਾ ਅਲਾਇੰਸ ਪਾਰਟਨਰ ਬਣਾ ਕੇ ਜਿਹੜੀ ਹੈ ਆਪਣੇ ਆਪ ਨੂੰ ਫੀਲਡ ਕਰੇ ਅਤੇ ਵੇਖਦੇ ਹਾਂ, ਕਿਉਂਕਿ ਪਹਿਲੇ ਜਿੰਨੀ ਉਹਨਾਂ ਦੀ ਮੀਟਿੰਗਸ ਹੋਈ, ਜਦ ਤੱਕ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਨ ਤਦ ਤੱਕ ਅਮਿਤ ਸ਼ਾਹ ਨਾਲ ਉਹਨਾਂ ਦੀ ਮੀਟਿੰਗਸ ਤਾਂ ਕਾਫ਼ੀ ਜ਼ਿਆਦਾ ਹੁੰਦੀਆਂ ਸੀ। ਉਸ ਤੋਂ ਬਾਅਦ ਵੀ ਤਿੰਨ ਮੀਟਿੰਗਸ ਮੁਲਾਕਾਤਾਂ ਉਹਨਾਂ ਦੀ ਹੋਈ ਹੈ, ਪਰ ਕੋਈ ਜੇ ਕਹਿੰਦੇ ਆ ਕੋਈ ਸਿੱਟਾ ਜਿਹੜਾ ਉਹਦਾ ਮੁਲਾਕਾਤਾਂ ਦਾ ਅਜੇ ਤੱਕ ਨਹੀਂ ਨਿਕਲਿਆ, ਨਾ ਤਾਂ ਕੋਈ ਅਲਾਇੰਸ ਹੋਇਆ ਅੱਗੇ ਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਕਿ ਕੈਪਟਨ ਜਿਹੜਾ ਪੰਜਾਬ ਲੋਕ ਕਾਂਗਰਸ ਨਈ ਪਾਰਟੀ ਹੈਗੀ ਹੈ ਉਹਦਾ ਕਿੰਨਾ ਕੈਡਰ ਹੈਗਾ। ਸਿਰਫ ਜੇ ਕੋਈ ਚਿਹਰਾ ਹੈਗਾ ਉਹ ਸਿਰਫ ਕੈਪਟਨ ਹੀ ਹੈਗੇ ਆ, ਕੈਡਰ ਜਾਂ ਕੋਈ ਹੋਰ ਵੱਡੇ ਲੀਡਰ ਜਿਹੜੇ ਪਾਰਟੀ ਦੇ ਨਾਲ ਅਜੇ ਤੱਕ ਜਿਹੜੇ ਆ ਸਾਨੂੰ ਵੇਖਣ 'ਚ ਨਹੀਂ ਮਿਲੇ, ਅਤੇ ਨਾ ਹੀ ਕਿਸੇ ਜਿੰਨੇ ਕੈਪਟਨ ਦੇ ਸਾਥੀ ਸੀਗੇ ਉਹਨਾਂ ਨੇ ਵੀ ਕਾਂਗਰਸ ਪਾਰਟੀ ਤੋਂ ਕਿਸੇ ਨੇ ਰੈਜ਼ਿਗਨੇਸ਼ਨ ਨਹੀਂ ਕੀਤਾ। ਉਹਨਾਂ ਨੇ ਆਪਣੇ ਵਾਈਫ ਹੈਗੀ ਆ ਪ੍ਰਨੀਤ ਕੌਰ ਜੀ, ਸ਼ੀ ਇਜ਼ ਡੈਫੀਨੇਟਲੀ ਵਿਦ ਕੈਪਟਨ, ਉਹਨਾਂ ਵਾਸਤੇ ਜਿਹੜੀ ਆ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਹੀ ਮਨੋਹਰ ਲਾਲ ਖੱਟਰ ਅਤੇ ਕੈਪਟਨ ਦੀ ਮੀਟਿੰਗ ਬਾਰੇ ਵੀ ਸ਼ੇਅਰ ਕੀਤਾ ਅਤੇ ਅੱਗੇ ਦੀ ਜਿਹੜੀ ਇੰਡੀਕੇਟ ਕੀਤਾ ਕੁਛ ਨਾ ਕੁਛ ਅਲਾਇੰਸ ਜਿਹੜਾ ਉਹ ਫੋਰਮ ਹੋ ਸਕਦਾ। ਪਰ ਦਿੱਲੀ ਜਾ ਕੇ ਜਿਹੜੀ ਹੈ, ਕਿਉਂਕਿ ਕੈਪਟਨ ਦੀ ਪਿਛਲੀ ਮੁਲਾਕਾਤ ਅਮਿਤ ਸ਼ਾਹ ਦੇ ਨਾਲ ਜਿਹੜੀ ਹੈ ਉਹ ਮਟੀਰੀਅਲਾਈਜ਼ ਨਹੀਂ ਹੋਈ ਸੀ, ਅੱਗੇ ਆਉਣ ਵਾਲੇ ਦਿਨਾਂ ਦੇ ਅੰਦਰ ਕਿ ਬੀਜੇਪੀ ਚਾਹੂਗੀ ਕਿ ਕੈਪਟਨ ਨਾਲ ਉਹ ਇੱਦਾਂ ਦਾ ਕੋਈ ਅਲਾਇੰਸ ਫੋਰਮ ਕਰਕੇ ਉਹਨਾਂ ਨੂੰ ਕੋਈ ਅੱਗੇ ਐਡਵਾਂਟੇਜ ਹੈਗੀ ਹੈ ਜਾਂ ਨਹੀਂ ਹੈਗੀ ਹੈ, ਇਸ ਬਾਰੇ ਦੀ ਜਿਹੜੀ ਅਟਕਲਾਂ ਹੈਗੀ ਹੈ ਫਿਲਹਾਲ ਕੋਈ ਜ਼ਿਆਦਾ ਆਪਾਂ ਤਵੱਜੋ ਜਿਹੜੀ ਹੈ ਇਸ ਨੂੰ ਜੇ ਹੁੰਦੀ ਵੀ ਹੈ ਨਹੀਂ ਦੇ ਸਕਦੇ, ਕਿਉਂਕਿ ਬੀਜੇਪੀ ਦੀ ਆਪਣੀ ਸਿਚੁਏਸ਼ਨ ਪੰਜਾਬ 'ਚ ਕਾਫ਼ੀ ਜ਼ਿਆਦਾ ਮਾੜੀ ਹੈਗੀ ਹੈ ਅਤੇ ਕੈਪਟਨ ਦੀ ਪਾਰਟੀ ਨਹੀਂ ਹੈਗੀ ਹੈ। ਜੀ ਵਿਨੇ ਜੀ, ਤੁਸੀਂ ਗੱਲ ਕੀਤੀ ਆ ਪ੍ਰਨੀਤ ਕੌਰ ਦੀ, ਪ੍ਰਨੀਤ ਕੌਰ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ ਪ੍ਰਨੀਤ ਕੌਰ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟਰ ਰਿਲੀਜ਼ ਕੀਤਾ ਹੈ ਆਪਣੇ ਅਕਾਊਂਟ ਦੇ ਵਿੱਚ, ਕੈਪਟਨ ਫੋਰ 2022, ਮਤਲਬ ਸਾਫ਼ ਕਰ ਦਿੱਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਪਤੀ ਦੇ ਨਾਲ ਜਿਹੜਾ ਉਹ ਜਾਣਗੇ ਅਤੇ ਪਤੀ ਦੇ ਨਾਲ ਹੀ ਜਿਹੜੀ ਆ ਉਹ ਨਵੀਂ ਪਾਰਟੀ ਦੇ ਲਈ ਉਹ ਚੋਣ ਪ੍ਰਚਾਰ ਕਰਨਗੇ। ਇੱਕ ਸੈਟਬੈਕ ਵੀ ਕਹਿ ਸਕਦੇ ਆ, ਪਰ ਪਤਾ ਸਾਰਿਆਂ ਨੂੰ ਹੀ ਸੀ ਕਿ ਕਾਂਗਰਸ ਨੂੰ ਉਹਨਾਂ ਨੇ ਅਲਵਿਦਾ ਕਹਿ ਦੇਣਾ, ਜੇਕਰ ਉਹ ਸਾਂਸਦ ਨਾ ਹੁੰਦੇ ਤਾਂ ਹੁਣ ਤੱਕ ਕਾਰਵਾਈ ਜਿਹੜੀ ਸੀ ਉਹ ਸ਼ਾਇਦ ਕਾਂਗਰਸ ਹੀ ਕਰ ਦਿੰਦੀ। ਅਸ਼ਵਨੀ ਹਰੀਸ਼ ਚੌਧਰੀ ਨੇ ਵੀ ਉਹਨਾਂ ਨੂੰ ਇੱਕ ਜਿਹੜਾ ਸੀ ਕਾਰਨ ਦੱਸੋ ਨੋਟਿਸ ਦੱਸਿਆ ਹੈਗਾ ਦੱਸਿਆ ਸੀ ਅਤੇ ਅਜੇ ਤੱਕ ਉਸਦਾ ਵੀ ਜਵਾਬ ਜਿਹੜਾ ਹੈਗਾ ਪ੍ਰਨੀਤ ਕੌਰ ਨੇ ਨਹੀਂ ਦਿੱਤਾ ਹੈਗਾ। ਕੈਪਟਨ ਨੂੰ ਅੱਜ ਇਹ ਵੀ ਸਵਾਲ ਕੀਤਾ ਗਿਆ ਸੀ, ਉਹਨਾਂ ਦਾ ਪਹਿਲੇ ਹੀ ਤਰ੍ਹਾਂ ਅੱਜ ਵੀ ਇਹੀ ਜਵਾਬ ਸੀ ਕਿ ਇਹ ਗੱਲ ਤੁਸੀਂ ਪ੍ਰਨੀਤ ਕੌਰ ਨੂੰ ਜ਼ਿਆਦਾ ਪੁੱਛ ਸਕਦੇ ਹੋ। ਮਤਲਬ ਪਟਿਆਲਾ ਦੇ ਵਿੱਚ ਹੁਣ ਸਾਫ਼ ਤੌਰ 'ਤੇ ਆਪਾਂ ਦੇਖ ਪਾਵਾਂਗੇ ਕਿ ਪ੍ਰਨੀਤ ਕੌਰ ਵਾਲਾ ਧੜਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜਿਹੜਾ ਹੈਗਾ ਉਹ ਕਾਂਗਰਸ ਤੋਂ ਵੱਖ ਹੁੰਦਾ ਨਜ਼ਰ ਆ ਰਿਹਾ ਅਤੇ 2022 ਦੀਆਂ ਚੋਣਾਂ ਜਿਹੜੀਆਂ ਨੇ ਉਹ ਹੁਣ ਪ੍ਰਨੀਤ ਕੌਰ, ਜਿੱਥੇ ਕਿਹਾ ਜਾ ਰਿਹਾ ਸੀ ਕਿ ਉਹ ਪ੍ਰਚਾਰ ਕਾਂਗਰਸ ਦੇ ਲਈ ਕਰਨਗੇ, ਹੁਣ ਸਾਫ਼ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਉਹ 2022 ਦੀਆਂ ਚੋਣਾਂ ਲੜਨ ਜਾ ਰਿਹਾ। ਜੀ ਜੀ ਬਿਲਕੁਲ,
ਜਿਵੇਂ ਹੀ ਕੈਪਟਨ ਨੇ ਆਪਣਾ ਪਾਰਟੀ ਛੱਡੀ ਸੀ, ਉਸ ਤੋਂ ਬਾਅਦ ਜਿਹੜਾ ਅਨਸੈਰੀਮੋਨੀਅਸ ਐਗਜ਼ਿਟ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ਹੋਇਆ, ਉਸ ਤੋਂ ਬਾਅਦ ਜਿਹੜੀ ਇਹ ਸਵਾਲ ਇਹ ਸੀਗਾ ਕਿ ਪ੍ਰਨੀਤ ਕੌਰ ਜੀ ਦਾ ਅੱਗੇ ਦਾ ਕੀ ਰੁੱਖ ਹੋਏਗਾ। ਜ਼ਾਹਿਰ ਜਿਹੀ ਗੱਲ ਹੈਗੀ ਹੈ, ਉਹਨਾਂ ਦੇ ਧਰਮ ਪਤਨੀ ਹੈਗੇ ਆ ਅਤੇ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਤਾਂ ਜ਼ਰੂਰ ਲਾਇਆ, ਪਰ ਉਹਨਾਂ ਨੇ ਵੀ ਇਵੈਂਚੁਅਲੀ ਜੁਆਇਨ ਕਰਨਾ ਸੀ। ਹਾਲਾਂਕਿ ਇੱਕ ਪ੍ਰੈਸ ਕਾਨਫਰੰਸ ਦੇ ਅੰਦਰ ਇਹ ਸਵਾਲ ਵੀ ਆਇਆ ਸੀ, ਇੱਕ ਰਿਪੋਰਟਰ ਨੇ ਪੁੱਛਿਆ ਸੀ ਕਿ ਤੁਹਾਡੇ ਜਿਹੜੇ ਆਪਣੇ ਧਰਮ ਪਤਨੀ ਹੈਗੇ ਆ ਕਿ ਉਹ ਵੀ ਕਾਂਗਰਸ ਛੱਡ ਦੇਣਗੇ, ਅਤੇ ਕੈਪਟਨ ਇੰਨੇ ਜ਼ਿਆਦਾ ਹੀ ਗੋਟ ਰੀਅਲੀ ਐਂਗਰੀ ਐਂਡ ਪਰਟਰਬ ਕਿ ਇਹ ਕਾਮਨ ਸੈਂਸ ਵਾਲੀ ਗੱਲ ਹੈਗੀ। ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਓਬਵੀਅਸਲੀ ਸ਼ੀ ਵਿਲ ਫੋਲੋ ਮੀ, ਅਤੇ ਉਹੀ ਹੋਣਾ ਸੀ। ਖੈਰ, ਕਿਉਂਕਿ ਖ਼ਬਰਾਂ ਜਿਹੜੀ ਆ ਉਹ ਅਖ਼ਬਾਰ ਵਾਲਿਆਂ ਨੇ ਵੀ ਬਣਾਉਣੀ ਹੁੰਦੀ ਹੈ, ਕੋਈ ਨਾ ਕੋਈ ਵਿੱਚ ਇੱਦਾਂ ਦੀ ਖ਼ਬਰਾਂ ਵੀ ਸਾਂਝੀ ਆਈ ਕਿ ਇਹ ਕਿਵੇਂ ਹੋ ਸਕਦਾ ਕਿ ਪ੍ਰਨੀਤ ਕੌਰ ਕਾਂਗਰਸ ਦੇ ਅੰਦਰ ਰਹਿਣਗੇ ਅਤੇ ਕੈਪਟਨ ਜਿਹੜੀ ਆਪਣੀ ਅਲੱਗ ਵੱਖਰੀ ਪਾਰਟੀ ਬਣਾ ਲੈਣਗੇ। ਅਤੇ ਵਾਰ ਵਾਰ ਆਪਾਂ ਅਸੀਂ ਤਾਂ ਨਹੀਂ ਪਰ ਬਾਕੀ ਇਹ ਚਰਚਾ ਜ਼ਰੂਰ ਬਣੀ ਸੀ ਕਿ ਪ੍ਰਨੀਤ ਕੌਰ ਨੇ ਅਜੇ ਤੱਕ ਕੋਈ ਰੈਜ਼ਿਗਨੇਸ਼ਨ ਨਹੀਂ ਦਿੱਤਾ, ਕਿਉਂਕਿ ਉਹ ਵੀ ਵੇਟ ਕਰਦੇ ਪਏ ਸੀ ਕਿ ਜਦ ਪਾਰਟੀ ਦੀ ਫਾਈਨਲ ਰਜਿਸਟ੍ਰੇਸ਼ਨ ਹੋ ਜਾਏ ਉਸ ਤੋਂ ਬਾਅਦ ਜਿਹੜਾ ਉਹ ਫੋਰਮਲੀ ਆਪਣੇ ਜਿਹੜੀ ਫੈਮਿਲੀ ਨੂੰ ਜੁਆਇਨ ਕਰਨ, ਕੈਪਟਨ ਦੀ ਪਾਰਟੀ ਨੂੰ ਜਿਹੜਾ ਹੈ ਉਹਦੇ 'ਚ ਉਹ ਸ਼ਿਰਕਤ ਕਰਨਗੇ, ਅਤੇ ਉਹੀ ਅਸੀਂ ਹੁੰਦਾ ਵਾ ਹੁਣ ਦੇਖ ਰਹੇ ਹਾਂ। ਵਿਨੇ ਜੀ, ਗੱਲ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਹੋਣਾ ਦੀ। ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਚਰਨਜੀਤ ਸਿੰਘ ਚੰਨੀ ਦਾ ਲੋਕਪ੍ਰਿਯ ਗ੍ਰਾਫ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ, ਅਤੇ ਹੁਣ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਬੱਚਿਆਂ ਦੇ ਨਾਲ, ਜਿਸ 'ਚ ਦਾਅਵਾ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਬੱਚਿਆਂ ਨੂੰ ਹੈਲੀਕਾਪਟਰ ਦੇ ਵਿੱਚ ਝੂਟੇ ਦਿੰਦੇ ਨਜ਼ਰ ਆ ਰਹੇ ਨੇ। ਨੈਚੁਰਲੀ ਹਰ ਇੱਕ ਬੱਚੇ ਚਾਹੁੰਦਾ ਹੈ ਕਿ ਉਹ ਵੀ ਹੈਲੀਕਾਪਟਰ ਦੇ ਵਿੱਚ ਸੈਰ ਕਰੇ, ਅਤੇ ਜੇਕਰ ਉਹ ਹੈਲੀਕਾਪਟਰ ਸੂਬੇ ਦੇ ਮੁੱਖ ਮੰਤਰੀ ਦਾ ਹੋਵੇ ਤਾਂ ਉਹਦੇ ਵਰਗੀ ਰੀਸ ਹੀ ਕੀ ਹੈ। ਖੁਦ ਚਰਨਜੀਤ ਸਿੰਘ ਚੰਨੀ ਨੇ ਵੀ ਜਿਹੜਾ ਕਿਹਾ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਉਹਨਾਂ ਦਾ ਵੀ ਦਿਲ ਕਰਦਾ ਸੀ ਕਿ ਮੈਂ ਜਿਹੜਾ ਇਸ ਹੈਲੀਕਾਪਟਰ ਦੇ ਵਿੱਚ ਕਿਵੇਂ ਬੈਠਾਂਗਾ ਤਾਂ ਕਦੋਂ ਮਤਲਬ ਇਹਦੀ ਸੈਰ ਕਰਾਂਗਾ। ਤਾਂ ਇਹੀ ਕਾਰਨ ਸੀ ਕਿ ਮੈਨੇ ਬੱਚਿਆਂ ਨੂੰ ਜਿਹੜਾ ਹੈਗਾ ਆਪਣੇ ਹੈਲੀਕਾਪਟਰ ਦੇ ਵਿੱਚ ਝੂਟੇ ਦਿੱਤੇ ਹੈਗੇ ਆ। ਦੇਖੋ, ਜਿੱਥੇ ਜਾਂਦੇ ਨੇ ਨਵੀਂ ਖਬਰ ਬਣਾਉਂਦੇ ਨੇ, ਅਤੇ ਖਾਸ ਕਰਕੇ ਲੋਕਾਂ ਦੀ ਵਾਹੋਵਾਹੀ ਵੀ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਖੱਟਦੇ ਨਜ਼ਰ ਆਉਂਦੇ ਨੇ, ਕੀ ਕਹੋਗੇ? ਜੀ ਬਿਲਕੁਲ, ਜਿਹੜਾ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਮੈਂ ਕਹੂੰਗਾ ਹੈਲੀਕਾਪਟਰ ਬੱਚਿਆਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਇੱਕ ਪੂਰਾ ਫੋਟੋ ਅਪੋਰਚੁਨਿਟੀ ਕਰਾ ਕੇ ਜਿਹੜੀ ਆ ਉਹਨਾਂ ਨੂੰ ਫੀਲ ਕਰਾਉਣਾ ਕਿ ਓਕੇ ਦੀਸ ਥਿੰਗਸ ਆਰ ਅਪਰੋਚੇਬਲ, ਵਧੀਆ ਜੈਸਚਰ ਹੈਗਾ ਮੁੱਖ ਮੰਤਰੀ ਵੱਲੋਂ। ਇਹੀ ਜਿਹੜਾ ਲਾਲੂ ਪ੍ਰਸ਼ਾਦ ਯਾਦਵ ਜਦ ਮੁੱਖ ਮੰਤਰੀ ਹੁੰਦੇ ਸਨ ਉਹ ਹੈਲੀਕਾਪਟਰ ਨੂੰ ਹਮੇਸ਼ਾ ਉਡਨ ਖਟੋਲਾ ਕਹਿੰਦੇ ਹੁੰਦੇ ਸੀ ਰੈਲੀਜ਼ ਦੇ ਅੰਦਰ ਜਿਹੜੇ ਆ ਆਪਣੇ, ਜਦੋਂ ਕਹਿੰਦੇ ਸੀ ਜਿਸ ਟਾਈਮ ਉਹਨਾਂ ਦਾ ਭਾਸ਼ਣ ਚੱਲਦਾ ਪਿਆ ਉਸ ਟਾਈਮ ਆਪਣੇ ਪਾਇਲਟ ਨੂੰ ਹਿਦਾਇਤ ਦੇ ਕੇ ਉਹ ਕਹਿੰਦੇ ਸੀ ਇਹ ਜਿੰਨੇ ਬੱਚੇ ਹੈਗੇ ਇਹਨਾਂ ਸਾਰਿਆਂ ਨੂੰ ਇੱਕ ਚੱਕਰ ਜਿਹੜਾ ਲਾ ਕੇ ਲਓ। ਪੋਲੀਟੀਸ਼ੀਅਨਸ ਦਾ ਕੀ ਜਾਂਦਾ ਹੈ ਕਿਉਂਕਿ ਸਾਰਾ ਸਰਕਾਰੀ ਖਰਚਾ ਹੈਗਾ ਅਤੇ ਉਹੀ ਉਹਨਾਂ ਨੇ ਪੇ ਕਰਨਾ। ਹੈਲੀਕਾਪਟਰ ਰਾਈਡ ਕੋਈ ਇੰਨੀ ਜ਼ਿਆਦਾ ਸਸਤੀ ਵੀ ਨਹੀਂ ਹੈਗੀ ਹੈ, ਪਰ ਠੀਕ ਹੈ, ਚੁਣਾਵ ਦਾ ਟਾਈਮ ਹੈਗਾ, ਹਰ ਕਿਤੇ ਜਿਹੜੀ ਹੈ ਹਰ ਸਿਆਸਤਦਾਨ ਆਪਣੀ ਬ੍ਰੈਂਡਿੰਗ ਆਪਣੇ ਤਰੀਕੇ ਦੇ ਨਾਲ ਕਰਦਾ ਹੈ। ਕੋਈ ਜਿਹੜੀ ਗਰੀਬਾਂ ਦੀ ਝੋਂਪੜੀ 'ਚ ਕੋਈ ਰਿਕਸ਼ੇ ਵਾਲੇ ਦੇ ਨਾਲ ਜਿਹੜੇ ਜਾ ਕੇ ਉਹਨਾਂ ਨਾਲ ਜਿਹੜੇ ਜਨਰਲ ਡਿਪਲੋਮੈਸੀ ਕਰਦੇ ਆ, ਜਨਰਲ ਡਿਪਲੋਮੈਸੀ ਹਮੇਸ਼ਾ ਕੋਈ ਇਹ ਨਹੀਂ ਹੁੰਦੀ ਕਿ ਵੱਡੇ ਵੱਡੇ ਐਲੀਟ ਕਲਾਸ ਲੋਕਾਂ ਦੇ ਵਿੱਚ ਹੀ ਹੋਏ। ਜਦ ਵੋਟ ਦੇ ਚੱਕਰਾਂ 'ਚ ਜਿਹੜੀ ਹੈ ਜਿਵੇਂ ਅਰਵਿੰਦ ਕੇਜਰੀਵਾਲ ਜਿਹੜੇ ਆ ਰਿਕਸ਼ਾ ਚਾਲਕ ਦੇ ਘਰ ਜਾ ਕੇ ਉਹਨਾਂ ਦੀ ਕਲੋਨੀ 'ਚ ਜਾ ਕੇ ਉਹਨਾਂ ਨੇ ਜਿਹੜਾ ਡਿਨਰ ਕੀਤਾ, ਇਹ ਵੀ ਡਿਨਰ ਡਿਪਲੋਮੈਸੀ ਹੀ ਹੈਗੀ ਆ ਵੋਟ ਬੈਂਕ ਦੀ। ਚਰਨਜੀਤ ਸਿੰਘ ਚੰਨੀ ਜੀ ਆਪਣਾ ਹੈਲੀਕਾਪਟਰ ਨੂੰ ਬੱਚਿਆਂ ਨੂੰ ਘੁਮਾ ਰਹੇ ਨੇ, ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਐਵਰੀਥਿੰਗ ਇਜ਼ ਅਪਰੋਚੇਬਲ, ਕੋਈ ਵੀ ਚੀਜ਼ ਜਿਹੜੀ ਹੈ ਇੱਕ ਜਿਹੜੀ ਹੈ ਆਮ ਇਨਸਾਨ ਵੀ ਜਿਹੜਾ ਜਿਹਨਾਂ ਚੀਜ਼ਾਂ ਵਾਸਤੇ ਹਮੇਸ਼ਾ ਉਹ ਸਿਰਫ ਸੋਚਦਾ ਨਹੀਂ ਬਟ ਡਰੀਮ ਵੀ ਕਰਦਾ ਹਮੇਸ਼ਾ, ਉਹ ਜਿਹੜੀ ਹੈ ਦੇ ਆਰ ਅਪਰੋਚੇਬਲ, ਵਧੀਆ ਹੈਗਾ। ਪਰ ਇਹ ਜਿਹੜੇ ਮੈਸੇਜ ਹੈਗੇ ਆ, ਇਹ ਜਿਹੜੀ ਡਿਵੈਲਪਮੈਂਟਸ ਹੈਗੀ ਆ, ਇੱਕ ਚੀਜ਼ ਸਾਫ਼ ਹੈਗੀ ਆ ਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਤਰੀਕਾ ਹੈਗਾ, ਉਹਨਾਂ ਦੇ ਆਪਣੀ ਜਿਹੜੀ ਸ਼ਖਸੀਅਤ ਹੈਗੀ ਆ, ਉਹ ਉਹਨਾਂ ਜਿਹੜਾ ਆਪਣਾ ਅੰਦਾਜ਼ ਹੈਗਾ ਉਹ ਲੋਕਾਂ ਦੇ ਵਿੱਚ ਵਿਚਰਨ ਵਾਲਾ ਹੈਗਾ, ਉਹ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਆ, ਉਹ ਗੱਲਬਾਤ ਕਰਦੇ ਆ। ਕੋਈ ਅਗਰ ਉਹਨਾਂ ਨੂੰ ਕੋਈ ਇੱਕ ਉਹਨਾਂ ਦੀ ਹੋਰ ਵੀਡੀਓ ਵਾਇਰਲ ਹੋਈ ਸੀ, ਇੱਕ ਕੋਈ ਬਹੁਤ ਹੀ ਪਰੇਸ਼ਾਨ ਬਜ਼ੁਰਗ ਉਹਨਾਂ ਨਾਲ ਸਟੇਜ 'ਤੇ ਸੀਗੇ ਮੁੱਖ ਮੰਤਰੀ ਦੋ ਤਿੰਨ ਦਿਨ ਪਹਿਲੇ, ਉਹ ਥੱਲੋਂ ਜਿਹੜੀ ਹੈ ਬੜੀ ਅਨਪਾਰਲੀਮੈਂਟਰੀ ਭਾਸ਼ਾ ਯੂਜ਼ ਕਰ ਰਹੇ ਸੀ, ਅਤੇ ਉਹਨਾਂ ਨੇ ਕੋਈ ਉਹਨੂੰ ਪਿਆਰ ਨਾਲ ਹੀ ਕਿਹਾ ਕਿ ਤੁਸੀਂ ਪਿਆਰ ਨਾਲ ਗੱਲ ਕਰੋ ਜਾਂ ਇੱਦਾਂ, ਮਤਲਬ ਕਿ ਉਹਨਾਂ ਨੇ ਆਪਣੀ ਉਹ ਚੀਫ ਮਿਨਿਸਟਰ ਦੀ ਜਿਹੜੀ ਕੁਰਸੀ ਦਾ ਰੁਤਬਾ ਹੋਣਾ ਜ਼ਰੂਰ ਹੈਗਾ, ਬਟ ਐਟ ਦਾ ਸੇਮ ਟਾਈਮ ਤੁਸੀਂ ਹਰ ਚੀਜ਼ ਨੂੰ ਓਫੈਂਸਿਵ ਤਰੀਕੇ ਦੇ ਨਾਲ ਨਹੀਂ ਲੈ ਸਕਦੇ ਕਿ ਕੋਈ ਵੀ ਬੰਦਾ ਜਿਹੜਾ ਬੜਾ ਫਰਸਟ੍ਰੇਸ਼ਨ ਹੋ ਗਿਆ ਸਿਸਟਮ ਦੇ ਨਾਲ, ਜੇ ਉਹ ਥੋੜ੍ਹਾ ਜਿਹਾ ਆਪਣੀ ਤਲਖੀ ਦੱਸਦਾ ਹੈ ਜਾਂ ਥੋੜ੍ਹਾ ਆਪਾਂ ਕਹੀਏ ਕਿ ਹੋਰ ਜ਼ਿਆਦਾ ਜਿਹੜਾ ਆਪਣਾ ਆਵਾਮ ਜਿਹੜੀ ਹੈ ਕੋਈ ਲੋਕ ਦੇ ਥਰੂ ਅ ਟੈਂਪਰ, ਅਤੇ ਲਾਈਕ ਏ ਵੈਰੀ ਸੀਜ਼ਨ ਪੋਲੀਟੀਸ਼ੀਅਨ ਚਰਨਜੀਤ ਸਿੰਘ ਚੰਨੀ ਨੂੰ ਸਿਚੁਏਸ਼ਨ ਨੂੰ ਹੈਂਡਲ ਕੀਤਾ, ਉਹਨਾਂ ਨੇ ਸਿਕਿਉਰਟੀ ਗਾਰਡਸ ਨੂੰ ਸਾਈਡ 'ਚ ਲੈ ਗਏ, ਪਰ ਉਹ ਵਾਲਾ ਮਾਹੌਲ ਨਹੀਂ ਸੀਗਾ
ਜਿੱਥੇ ਕਿ ਤੁਸੀਂ ਬਿਲਕੁਲ ਹੀ ਬੰਦ ਕਰ ਦਿੰਦੇ ਹੋ, ਬੋਲਣਾ ਹੀ ਬੰਦ ਕਰ ਦਿੰਦੇ ਹੋ, ਤੁਸੀਂ ਮੂੰਹ ਦੇ ਉੱਤੇ ਹੱਥ ਰੱਖ ਦਿੰਦੇ ਹੋ ਤੇ ਧੱਕੇ ਨਾਲ ਜਿਹੜੀ ਹੈ ਹਰ ਕਿਸੇ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਹੈ, ਕਾਲੇ ਝੰਡੇ ਦਿਖਾਉਂਦਾ ਹੈ, ਉਹਨੂੰ ਤੁਸੀਂ ਬੜੇ ਵਾਇਲੈਂਟ ਤਰੀਕੇ ਦੇ ਨਾਲ ਜਿਹੜਾ ਟਵੀਟ ਕਰਦੇ ਹੋ। ਮੇਰੇ ਖਿਆਲ ਇਹ ਡੈਫੀਨੇਟਲੀ ਇੰਸਟਰਕਸ਼ਨ CMO ਆਫਿਸ ਵੱਲੋਂ ਹੀ ਆਈ ਹੋਣੀ ਹੈ ਕਿ ਤੁਸੀਂ ਕਿਸੇ ਵੀ ਪ੍ਰੋਟੈਸਟਰ ਨੂੰ, ਚਾਹੇ ਉਹ ਸਾਡੀ ਫੇਵਰ 'ਚ ਹੈਗਾ ਜਾਂ ਬਿਲਕੁਲ ਸਾਡੀ ਪਾਰਟੀ ਦਾ ਵੀ ਨਹੀਂ ਹੈਗਾ, ਤੁਸੀਂ ਇੱਕ ਤਰੀਕੇ ਦੇ ਨਾਲ ਨਿਪਟੋਗੇ ਸਾਰਿਆਂ ਦੇ ਨਾਲ, ਤੇ ਇਹ ਜਿਹੜੀ ਹੈ ਮੈਸੇਜ ਆਵਾਮ ਵਾਸਤੇ ਪੋਜ਼ਿਟਿਵ ਹੀ ਜਾਂਦਾ ਹੈ ਹਮੇਸ਼ਾ। ਬਿਲਕੁਲ ਜੀ, ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਚਰਨ ਸਿੰਘ ਚੰਨੀ ਜਿਹੜੇ ਨੇ ਉਹ ਲੋਕਾਂ 'ਚ ਵਿਚਰਦੇ ਪਏ ਨੇ, ਅਤੇ ਉਹਨਾਂ ਦਾ ਗ੍ਰਾਫ ਵੀ ਜਿਹੜਾ ਇਹੀ ਕਾਰਨ ਹੈ ਕਿ ਉਹ ਲਗਾਤਾਰ ਦਿਨ ਬ ਦਿਨ ਉੱਪਰ ਉੱਡਦਾ ਜਾ ਰਿਹਾ। ਵਿਨੇ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਧੰਨਵਾਦ। ਦੋਸਤੋ, ਦੇਸ਼ ਵਿਦੇਸ਼ ਅਤੇ ਪੰਜਾਬ ਦੇ ਨਾਲ ਚਾਹੇ ਉਹ ਖਬਰ ਓਮੀਕਰੋਨ ਦੀ ਹੋਵੇ, ਚਾਹੇ ਪੰਜਾਬ ਦੀ ਸਿਆਸਤ ਦੀ ਹੋਵੇ, ਹਰ ਖਬਰ 'ਤੇ ਨਜ਼ਰ ਜਿਹੜੀ ਆ ਉਹ ਵਾਈ ਮੀਡੀਆ ਗਰੁੱਪ ਦੀ ਬਣੀ ਹੋਈ ਹੈ, ਅਤੇ ਹਰ ਪਲੇਟਫਾਰਮ 'ਤੇ ਅਸੀਂ ਤੁਹਾਨੂੰ ਖਬਰ ਦਿਖਾ ਵੀ ਰਹੇ ਹਾਂ ਅਤੇ ਤੁਸੀਂ ਸੁਣ ਵੀ ਰਹੇ ਹੋ। ਅਤੇ ਫਿਲਹਾਲ ਹੁਣ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ, ਅਤੇ ਮੈਨੂੰ ਵੀ ਜਿਹੜਾ ਹੈਗਾ ਇਜਾਜ਼ਤ ਦਿਓ। ਧੰਨਵਾਦ। South Asian Canadian Channel.